14 ਮਤਰੀ ਖਰਮ ਦੇ ਅਰਜ਼ ਕਰਨਾ ਕੁਰਾਨ ਮਜੀਦ ਦੇ ਮੌਜਜ਼ਾਤ ਚੋਂ ਔਰ ਇਹਦੇ ਅਹਿਸਾਨਾਂ ਚੋਂ ਇੱਕ ਬਹੁਤ ਬੜਾ ਮੌਜਜ਼ਾ ਅਹਿਸਾਨ ਇਹ ਹੈ ਕਿ ਤਾਰੀਖ ਦੇ ਕਈ ਵਰਕ ਜਿਹੜੇ ਗੁੰਮ ਹੋ ਚੁੱਕੇ ਸੀ ਔਰ ਜਿਨ੍ਹਾਂ ਦਾ ਹੋਰ ਕੋਈ ਹਵਾਲਾ ਨਹੀਂ ਸਾਡੇ ਕੋਲ ਨਾ ਕਿਸੇ ਆਸਮਾਨੀ ਕਿਤਾਬ ਨਾ ਤਾਰੀਖ ਉਹ ਸਿਰਫ ਕੁਰਾਨ ਮਜੀਦ ਚ ਅੱਲਾ ਦੇ ਰਸੂਲ ਅਲੈਹਿ ਸਲਾਮ ਅਤੇ ਵਹੀ ਦੀ ਬਰਕਤ ਨਾਲ ਉਹ ਮੁਨਕਸ਼ ਹੋਏ ਔਰ ਅੱਲਾ ਦੇ ਰਸੂਲ ਅਲੈਹਿ ਸਲਾਮ ਨੇ ਸਾਨੂੰ ਉਹਨਾਂ ਚੀਜ਼ਾਂ ਤੋਂ ਆਗਾਹ ਕੀਤਾ ਉਹਨਾਂ 'ਚ ਇੱਕ ਕਿੱਸਾ ਸੂਰਾ ਅਲ ਮੋਮਿਨ ਅਤੇ ਮੋਮਿਨ ਆਲੇ ਫਿਰਾਉਣ ਦਾ ਇਹਦਾ ਬਿਆਨ ਨਾ ਬਾਈਬਲ 'ਚ ਆ ਨਾ ਯਹੂਦੀਆਂ ਦੀ ਤਾਰੀਖ 'ਚ ਆ ਤਾਲਮੂਹ 'ਚ ਵੀ ਕੋਈ ਜ਼ਿਕਰ ਨਾ ਦੁਨੀਆ ਦੀ ਕੋਈ ਹੋਰ ਤਾਰੀਖ ਦੱਸਦੀ ਹੈ ਵੀ ਫਿਰਾਉਣ ਦੇ ਦਰਬਾਰ 'ਚ ਇੱਕ ਮੋਮਿਨ ਨੇ ਤਕਰੀਰ ਕੀਤੀ ਸੀ ਇਹਦਾ ਹਵਾਲਾ ਸਾਡੇ ਕੋਲ ਸਿਰਫ ਕੁਰਾਨ ਮਜੀਦ ਆ ਔਰ ਇਸ ਪਾਰੋਂ ਹੀ ਕੁਰਾਨ ਮਜੀਦ ਨੇ ਸੂਰਾ ਹੂ 'ਚ ਕਈ ਵਾਕਿਆਤ ਬਿਆਨ ਕਰਕੇ ਆਖਿਆ ਕਿ ਜ਼ਾਲਿਕ ਮਿਨਮ ਬਾਇਲ ਗੈਬ ਇਹ ਗੈਬ ਦੀਆਂ ਖਬਰਾਂ ਕੋਈ ਨਹੀਂ ਸੀ ਇਹਨਾਂ ਨੂੰ ਜਾਣਦਾ ਵਹੀ ਦੇ ਜ਼ਰੀਏ ਅਸੀਂ ਤੈਨੂੰ ਦੱਸ ਰਹੇ ਅਤੇ ਸੂਰਾ ਅਲ ਮੋਮਿਨ 'ਚ ਇਸ ਮੋਮਿਨ ਦਾ ਵਾਕਿਆ ਵੀ ਵਹੀ ਦੇ ਜ਼ਰੀਏ ਹਜ਼ੂਰ 'ਤੇ ਨਾਜ਼ਲ ਹੋਇਆ ਵਰਨਾ ਗੈਰ ਮੁਸਲਿਮ ਜਿਹੜੇ ਉਹ ਇਨਸਾਈਕਲੋਪੀਡੀਆ 'ਚ ਇਤਰਾਜ਼ ਕਰਦੇ ਵੀ ਇਹ ਵਾਕਿਆ ਬਿਲਕੁਲ ਜਾਲੀ ਆ ਇਹਦਾ ਜ਼ਿਕਰ ਕਿਸੇ ਯਹੂਦੀ ਈਸਾਈ ਤਾਰੀਖ 'ਚ ਨਹੀਂ ਕਿ ਕੋਈ ਮੋਮਿਨ ਆਲੇ ਫਿਰਾਉਣ ਨੇ ਤਕਰੀਰ ਕੀਤੀ ਸੀ ਮਗਰ ਅਸੀਂ ਇਸ ਗੱਲ ਦੇ ਮੁਹਤਾਜ ਨਹੀਂ ਵੀ ਦੁਨੀਆ ਦਾ ਕੋਈ ਹੋਰ ਹਵਾਲਾ ਵਿਖਾਈਏ ਕੁਰਾਨ ਮਜੀਦ ਦਾ ਆਪਣਾ ਬਿਆਨ ਹੀ ਕਿਸੇ ਗੱਲ ਦੀ ਸੱਚਾਈ ਲਈ ਸਭ ਤੋਂ ਬੜੀ ਦਲੀਲ ਹੈ ਔਰ ਇਹ ਵੀ ਹੈ ਵੀ ਪਹਿਲੀ ਬਾਤ ਜਿਹੜੀ ਅਸੀਂ ਲੋਕਾਂ ਨੂੰ ਮਨਵਾਉਣੇ ਆ ਵੀ ਅੱਲਾ ਦੇ ਰਸੂਲ ਅਲੈਹਿ ਸਲਾਮ ਦੀ ਰਸਾਲਤ 'ਤੇ ਬਹਿਸ ਕਰੋ ਇੱਕ ਇੱਕ ਵਾਕਿਆ ਦੇ ਜਿਹੜਾ ਬੇਦਾ ਹਵਾਲਾ ਦਿਓ ਇਹਦੀ ਕੋਈ ਨਹੀਂ ਜ਼ਰੂਰਤ ਪਹਿਲਾਂ ਜਿਨ੍ਹਾਂ ਮਿਆਰਾਂ 'ਤੇ ਤੁਸੀਂ ਪੈਗੰਬਰਾਂ ਨੂੰ ਪੈਗੰਬਰ ਮੰਨਦੇ ਜੇ ਉਹਨਾਂ ਮਿਆਰਾਂ 'ਤੇ ਰਸੂਲ ਕਰੀਮ ਅਲੈਹਿ ਸਲਾਮ ਨੂੰ ਜਾਂਚ ਲਓ ਜੇ ਉਹਨਾਂ ਤੋਂ ਬਦਰਜਾ ਔਲਾ ਅੱਲਾ ਦੇ ਰਸੂਲ ਨਬੀ ਨਾਲ ਸਾਬਤ ਹੋਣ 'ਤੇ ਨਾ ਮੰਨੋ ਜਦੋਂ ਇੱਕ ਵਾਰੀ ਗੱਲ ਮੁੱਕ ਗਈ ਵੀ ਆਪ ਅੱਲਾ ਦੇ ਰਸੂਲ ਆ ਅਤੇ ਦੁਨੀਆ ਦੀ ਹੋਰ ਕਿਸੇ ਕਿਤਾਬ 'ਚੋਂ ਲਿਖਿਆ ਜਾਂ ਨਹੀਂ ਲਿਖਿਆ ਖੁਦ ਰਸੂਲਾਂ ਦਾ ਕਹਿਣਾ ਕਿ ਮੇਰੇ 'ਚ ਅੱਲਾ ਨੇ ਉਤਾਰਿਆ ਇਹ ਹੋਈ ਬਹੁਤ ਬੜੀ ਦਲੀਲ ਇਹ ਨੁਕਤੇ ਦੀ ਗੱਲ ਹੈ ਵਰਨਾ ਹਰ ਮਾਮਲੇ 'ਚ ਇਹਦਾ ਕੋਈ ਹਵਾਲਾ ਵਿਖਾਓ ਹਵਾਲਾ ਕੋਈ ਨਹੀਂ ਹਵਾਲਾ ਰਸੂਲ ਦੀ ਜ਼ਬਾਨ ਆ ਔਰ ਕੁਰਾਨ 'ਚ ਉਤਰਨਾ ਬਾਕੀ ਜਿਨ੍ਹਾਂ ਮੌਜਾਂ ਜਿਹੜੇ ਕੈਰੈਕਟਰ ਨਾਲ ਪਰਖ ਕੇ ਤੁਸੀਂ ਹੋਰ ਪੈਗੰਬਰਾਂ ਨੂੰ ਮੰਨਦੇ ਜੇ ਹਜ਼ੂਰ ਅਲੈਹਿ ਸਲਾਤੁ ਵਸਲਾਮ ਉਸ ਮਿਆਰ 'ਤੇ ਹਜ਼ਾਰ ਦਰਜਾ ਉਹਨਾਂ ਤੋਂ ਆਲਾ ਨਾ ਨਿਕਲਣ 'ਤੇ ਆਪ ਦੀ ਨਬੂਤ ਨੂੰ ਨਾ ਮੰਨੋ ਅਤੇ ਜੇ ਨਬੂਤ ਮੰਨ ਲਈ ਆ ਤਾਂ ਹੁਣ ਹਵਾਲਿਆਂ ਦੀ ਲੋੜ ਨਹੀਂ ਖੁਦ ਨਬੀ ਅਲੈਹਿ ਸਲਾਮ ਦਾ ਬਿਆਨ ਹੀ ਕਾਫੀ ਸ਼ੁਰੂ 'ਚ ਅੱਲਾ ਰੱਬੁਲ ਆਲਮੀਨ ਨੇ ਜੋ ਕੋਈ ਫਰਮਾਇਆ ਤਿੰਨ ਐਤਾਂ ਮੈਂ ਪੜ੍ਹੀਆਂ ਉਹਦੇ 'ਚ ਅੱਲਾ ਪਾਕ ਫਰਮਾਇਆ ਵਾਲਮ ਯਸੀਰੂ ਫਿਰਦ ਲੋਕ ਜ਼ਮੀਨ ਚਲੇ ਫਿਰੇ ਨਹੀਂ ਦਾਅਵਤ ਦਿੱਤੀ ਹੈ ਵੀ ਤੁਹਾਡੀਆਂ ਅੱਖਾਂ ਬੰਦ ਆ ਜੇ ਦੁਨੀਆਂ 'ਚ ਕਦੀ ਤੁਸੀਂ ਜ਼ਮੀਨ 'ਤੇ ਗਏ ਨਹੀਂ ਤੁਹਾਨੂੰ ਵੀਰਾਨ ਸ਼ਹਿਰ ਨਜ਼ਰ ਨਹੀਂ ਆਉਂਦੇ ਖੰਡਰ ਨਹੀਂ ਮਿਲਦੇ ਉਜੜੇ ਕਿਲ੍ਹੇ ਨਹੀਂ ਮਿਲਦੇ ਪੁਰਾਣੀ ਬਸਤੀਆਂ ਟੱਠੀਆਂ ਨਹੀਂ ਮਿਲਦੀਆਂ ਆਵਾਰਾਮ ਯਸੀਰੂ ਫਿਰਦ ਕਿਆ ਇਹ ਲੋਕ ਜਿਹੜੇ ਕਦੀ ਜ਼ਮੀਨ 'ਚ ਕਿਤੇ ਗਏ ਹੀ ਨਹੀਂ ਜਿੱਥੇ ਜੰਮੇ ਉੱਥੇ ਹਮੇਸ਼ਾ ਸਾਰੀ ਉਮਰ ਕੈਦ ਰਹਿ ਦੁਨੀਆਂ 'ਚ ਫਿਰੇ ਨਹੀਂ ਫਰ ਜਨ ਜ਼ਰੂ ਕੈ ਫਕਾਨ ਆਕਬਤੁਲਜ਼ੀਨ ਕਾਨ ਮਿਨ ਕਬਲਿਨ ਇਹ ਜ਼ਮੀਨ 'ਚ ਫਿਰਦੇ ਅਤੇ ਵੇਖਦੇ ਕਿ ਜਿਹੜੇ ਲੋਕ ਇਹਨਾਂ ਤੋਂ ਪਹਿਲਾਂ ਹੋਇਆ ਉਹਨਾਂ ਦਾ ਹਸ਼ਰ ਕੀ ਹੋਇਆ ਅਗਰ ਉਹਨੇ ਅੱਲਾਹ ਤਾਲਾ ਨਾਲ ਬਗਾਵਤ ਕੀਤੀ ਹੈ ਆਪਣੀ ਤਾਕਤ ਦੇ ਨਸ਼ੇ 'ਚੋਂ ਖੁਦਾ ਦੇ ਬਾਗੀ ਹੋ ਗਿਆ ਔਰ ਅੱਲਾਹ ਦੀ ਜ਼ਮੀਨ 'ਤੇ ਉਹਨਾਂ ਨੇ ਮਖਲੂਕ ਖੁਦਾ ਦਾ ਜੀਣਾ ਹਰਾਮ ਕੀਤਾ ਅਤੇ ਨਤੀਜਾ ਕੀ ਭੁਗਤ ਕੇ ਮਰਿਆ ਫਿਰ ਇੰਨੇ ਖਾਨਦਾਨ ਦੁਨੀਆ 'ਚ ਆਏ ਹਕੂਮਤਾਂ ਉਹਨਾਂ ਦੀਆਂ ਬਣੀਆਂ ਤਾਰੀਖ ਦੀਆਂ ਕਿਤਾਬਾਂ ਪੜ੍ਹੀਆਂ ਜ਼ਮੀਨ ਆਪਣੇ ਆਸਾਰ ਔਰ ਨਿਸ਼ਾਨੀਆਂ ਨਾਲ ਭਰੀ ਹੈ ਵੀ ਉਹਨਾਂ ਦਾ ਅੱਜ ਕੋਈ ਨਾਮ ਲੈਣ ਵਾਲਾ ਨਹੀਂ ਲੱਭਦਾ ਉੱਲੂ ਬੋਲਦੇ ਉਹਨਾਂ ਦੇ ਮਕਬਰਿਆਂ 'ਤੇ ਤਾਂ ਜ਼ਮੀਨ 'ਚ ਕਿਉਂ ਨਹੀਂ ਇਹ ਲੋਕ ਫਿਰੇ ਕਿ ਜ਼ਮੀਨ 'ਚ ਵੇਖ ਦੇਂਦੇ ਕਿ ਅੱਲਾਹ ਨਾਲ ਟੱਕਰ ਲੈਣ ਵਾਲੇ ਜਿਹੜੇ ਕਿਸ ਨਤੀਜੇ ਨੂੰ ਪਹੁੰਚੇ ਕਾਨੂੰ ਹੁਣ ਮੁਹੰਮਦ ਸ਼ਦਾ ਮਿਨਮ ਕੁਬਤਮ ਆਸਾਰ ਫਲਰ ਉਹ ਜ਼ਮੀਨ ਜਿਹਦੇ ਨਾਲ ਉਹ ਜ਼ਿਆਦਾ ਤਾਕਤਵਰ ਸੀ ਉਹਨਾਂ ਦੇ ਲਸ਼ਕਰ ਇਹਨਾਂ ਨੂੰ ਜ਼ਿਆਦਾ ਸੀ ਉਹਨਾਂ ਦੇ ਕਮਾਂਡੋ ਜ਼ਿਆਦਾ ਸੀ ਉਹਨਾਂ ਦੇ ਜਰਨੈਲ ਜ਼ਿਆਦਾ ਸੀ ਉਹ ਇੰਨੀਆਂ ਤਾਕਤਾਂ ਦੇ ਮਾਲਕ ਸੀ ਕਿ ਸਾਰੀ ਦੁਨੀਆ ਨਾਲ ਸਾਰਿਆਂ ਨਾਲ ਜ਼ਿਆਦਾ ਤਾਕਤਵਰ ਸੀ ਪਰ ਮੈਂ ਉਹ ਕੁਵਤ 'ਚ ਵੀ ਇਹਨਾਂ ਨਾਲ ਜ਼ਿਆਦਾ ਸੀ ਇਹ ਹੁਣ ਦੇ ਜਿਹੜੇ ਅਕਰਦੇ ਆ ਫਿਰਾਉਣ ਇਹ ਕੁਰੈਸ਼ ਜਿਹੜੇ ਰਸੂਲਾਂ ਟੱਕਰ ਲਏ ਕਿ ਇਹਨਾਂ ਦੀ ਕੀ ਅਸੀਤ ਕੁਛ ਵੀ ਨਹੀਂ ਹੈ ਇਹਨਾਂ ਦੇ ਮੁਕਾਬਲੇ 'ਚ ਬੜੇ ਬੜੇ ਹੋ ਚੁੱਕੇ ਜਿਹਨਾਂ ਦੀ ਤਾਕਤ ਵੀ ਜ਼ਿਆਦਾ ਸੀ ਵਾਹ ਆਸਾਰਨ ਫਿਰਨ ਔਰ ਜ਼ਮੀਨ ਦੇ ਅੰਦਰ ਉਹਨਾਂ ਨੇ ਜਿਹੜੀਆਂ ਯਾਦਗਾਰਾਂ ਬਣਾਈਆਂ ਔਰ ਆਪਣੀ ਸਮਝੋ ਤਰੱਕੀ ਦੇ ਨਿਸ਼ਾਨ ਕਾਇਮ ਕੀਤੇ ਕਲੇ ਅਤੇ ਪੁਲ ਅਤੇ ਬੁਰਜ ਅਤੇ ਦੂਸਰੀਆਂ ਚੀਜ਼ਾਂ ਫਰਮਾਇਆ ਉਹ ਦੰਗ ਕਰਨ ਵਾਲੀਆਂ ਸੀ ਔਰ ਕਈਆਂ ਦੇ ਨਿਸ਼ਾਨ ਹੁਣ ਵੀ ਮੌਜੂਦ ਕੌਮੇ ਸਮੂਦ ਕੌਮੇ ਆਦਿ ਦੀਆਂ ਬਸਤੀਆਂ ਨੂੰ ਹੁਣ ਵੀ ਲੋਕ ਜਾ ਕੇ ਹੁੰਦੇ ਹੈਰਾਨ ਹੁੰਦੇ ਵੀ ਉਸ ਜ਼ਮਾਨੇ 'ਚ ਇੰਨੀ ਤਰੱਕੀ ਹੋ ਗਈ ਕੌਮੇ ਸਮੂਦ ਦੇ ਇਲਾਕੇ ਨੂੰ ਜਾਈਏ ਬਾਹਰੋਂ ਵੇਖੋਗੇ ਇੱਕ ਗਾਰ ਨਜ਼ਰ ਆਉਂਦਾ ਵਿੱਚ ਵੜੋ ਅਤੇ ਕਈ ਮੰਦਰੀਆਂ ਇਮਾਰਤਾਂ ਉਹਦੇ ਖੋਦ ਖੋਦ ਕੇ ਬਣਾਈਆਂ ਕਿਲ੍ਹੇ ਮਹਿਲ ਅੱਲਾਹ ਫਰਮਾਉਂਦਾ ਤਾਕਤ ਵੀ ਜ਼ਿਆਦਾ ਸੀ ਔਰ ਉਹਨਾਂ ਲੋਕਾਂ ਨੇ ਆਪਣੀ ਉਸ ਸਰਬਤ ਔਰ ਆਪਣੀ ਉਸ ਦੌਲਤ ਦੀ ਨੁਮਾਇਸ਼ ਕਰ ਲਈ ਯਾਦਗਾਰਾਂ ਵੀ ਜ਼ਮੀਨ 'ਚ ਬੜੀਆਂ ਬਣਾਈਆਂ ਸੀ ਵਾਖਾ ਦਾ ਹਮਰੁੱਲਾ ਬੇਜ਼ਨੂਬ ਹੈ ਮਗਰ ਇੰਨੇ ਲਸ਼ਕਰਾਂ ਦੇ ਬਾਵਜੂਦ ਇੰਨੀਆਂ ਤਰੱਕੀਆਂ ਦੇ ਬਾਵਜੂਦ ਜਦੋਂ ਖੁਦਾ ਦੇ ਨਾਫਰਮਾਨ ਔਰ ਬਾਗੀ ਬਣੇ
उन्होंने गुनाह किया तो अल्लाह ताला ने उन्होंने गुनाह के नतीजे उन्होंने पकड़ लिया, ना उन्होंने लश्करों की मदद कर सके, ना उन्होंने जड़िया तरक्कियां से उन्होंने कोई फायदा दे सकियां, सब तरक्कियां कुसड़ गई, अल्लाह ने जमीन तो उन्होंने निशान मिटा दिता वा मा कान अल्हम्दुलिल्लाह में वाक, और अल्लाह तारा के मुकाबले तो उन्होंने बचाने वाला कोई ना मिले आवे, ना उन्होंने फौजा बचा सकियां, ना उन्होंने तरक्कियां उन्होंने कोई फायदा दे सकियां, ना उन्होंने जमातों ने कुछ काम दिते हैं। ज़ालिक बयानम कानत तातीम रुसुलुम बिल बय्यिनात, यह सारा नतीजा उन्होंने क्यों भुगतिया, दुनियावी लिहाज ना तो बड़े मजबूत नजर आते, सब समझते सी बेना की कुर्सी हुण कौन हिला सकता, पर मैं नहीं, लोग समझते भी सिर्फ दुनियावी तरक्कियां जड़ियां यही कामयाबी का जरिया, अल्लाह ताला वेंदा रहिंदा बेना नूं कौन से नहीं लग गया, ये खुदा दे पैगंबर जी तालीम लैके उसके खिलाफ नहीं चल रहा, ज़ालिक बयानम कानत तातीम रुसुलुम बिल बय्यिनात, एक ख़मियाज़ा तब पुख्तिया कर ला देना रसूल और नबी उन्होंने को वाज़े दीन लेके आए मोज़े लेके आए, फ़कफ़रू मनया कोई नहीं, इनकार करते रहे ठठे करते रहे, फ़ाख़ज़ा हुमुल्लाह, अल्लाह ने फिर पकड़ लिया उन्होंने, इन्नहू कवीयुन शदीदुल इक़ाब, ते अल्लाह नूं जिहड़े कमज़ोर और बेबस समझदे ना बेस जहान का राजा जिहड़ा मारा पै चुका उहदे च ज़ोर ही कोई नहीं कि ना ज़ालिमां दे फरमा कवी, उहदी ताकत हुण भी बहुत उस तरह पावरफुल है शदीदुल इक़ाब, और तुसी फिक्र ना करो हर जालम दे पिछे उहदा पिछा कर रहा हुंदा, बहुत सख्त तरीके नाल उहदी गिरफ्त करनी हुंदी उहने।